ਮਿਸ਼ਨ ਫਤਿਹ ਤਹਿਤ ਕੋਰੋਨਾ ਨੂੰ ਮਾਤ ਦੇਣ ਲਈ ਜ਼ਿਲ੍ਹਾ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਤਹਿਤ ਜ਼ਿਲ੍ਹੇ ਵਿੱਚ ਪਹਿਲੀ ਵੈਕਸੀਨ SMO ਫਤਿਹਗੜ੍ਹ ਸਾਹਿਬ ਡਾਕਟਰ ਕੁਲਦੀਪ ਸਿੰਘ ਨੂੰ ਦਿੱਤੀ ਗਈ ਅਤੇ ਜ਼ਿਲ੍ਹਾ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਸਿਵਲ ਸਰਜਨ ਬਲਜੀਤ ਕੌਰ, ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਸੰਬੰਧੀ ਤਿਆਰੀਆਂ ਪਹਿਲਾਂ ਹੀ ਮੁਕੰਮਲ ਕਰ ਲਈ ਗਈਆਂ ਸਨ ਅਤੇ ਤਿਆਰੀਆਂ ਦੇ ਤਹਿਤ ਜ਼ਿਲ੍ਹੇ ਵਿੱਚ ਵੈਕਸੀਨੇਸ਼ਨ ਸੰਬੰਧੀ 3 ਡਰਾਈ ਰਨ ਕੀਤੇ ਗਏ ਸਨ ਅਤੇ ਅੱਜ ਵੈਕਸੀਨੇਸ਼ਨ ਦੇ ਪਹਿਲੇ ਫੇਜ਼ ਦੇ ਤਹਿਤ ਜ਼ਿਲ੍ਹੇ ਵਿੱਚ 5 ਥਾਵਾਂ ਜ਼ਿਲ੍ਹਾ ਹਸਪਤਾਲ ਫਤਿਹਗੜ੍ਹ ਸਾਹਿਬ, ਸਬ ਡਿਵੀਜ਼ਨ ਹਸਪਤਾਲ ਮੰਡੀ ਗੋਬਿੰਦਗੜ੍ਹ, ਕਮਿਊਨਿਟੀ ਹੈਲਥ ਸੈਂਟਰ ਚਰਨਾਥ ਕਲਾਂ, ਇੰਡਸ ਹਸਪਤਾਲ ਅਤੇ ਕਮਿਊਨਿਟੀ ਹੈਲਥ ਸੈਂਟਰ ਖਮਾਣੋ ਵਿਖੇ ਵੈਕਸੀਨੇਸ਼ਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਉਪਰੰਤ ਇਹਨਾਂ 5 ਥਾਵਾਂ ਦੇ ਨਾਲ ਨਾਲ ਕਮਿਊਨਿਟੀ ਹੈਲਥ ਸੈਂਟਰ ਅਮਲੋਹ, ਖੇੜਾ ਅਤੇ ਬੱਸੀ ਪਠਾਣਾ ਅਤੇ ਦੇਸ਼ ਭਗਤ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਵੀ ਵੈਕਸੀਨੇਸ਼ਨ ਹੋਵੇਗੀ। ਇੱਥੇ ਸਿਵਲ ਹਸਪਤਾਲ ਅਸੀਂ ਸ਼ੁਰੂਆਤ ਕਰਤੀ ਹੈਗੀ ਹੈ ਕਿਉਂਕਿ CM ਸਾਹਿਬ ਨੇ ਮੋਹਾਲੀ 'ਚ ਕੀਤੀ, ਉਸ ਤੋਂ ਬਾਅਦ ਜਿਹੜੀ ਹੈਲਥ ਸਰਵਿਸਿਜ਼ ਅਥਾਰਟੀਜ਼ ਉਹਨਾਂ ਨੇ ਸਿਗਨਲ ਦਿੱਤਾ ਸੀ, ਦੈਨ ਵੀ ਹੈਵ ਸਟਾਰਟਡ ਵਿਦ ਆਰ ਓਨ ਡਾਕਟਰ ਕੁਲਦੀਪ ਸਿੰਘ। ਸੋ ਹੁਣ ਅੱਧਾ ਘੰਟਾ ਉਹਨਾਂ ਦਾ ਵੇਟਿੰਗ ਟਾਈਮ ਹੈਗਾ, ਸੋ ਹੋਪਫੁਲੀ ਕਾਮਯਾਬ ਆਪਾਂ ਰਹਾਂਗੇ ਅਤੇ ਮੈਂ ਇਹਨਾਂ ਨੂੰ ਹੈਲਥ ਅਥੋਰਟੀਜ਼ ਨੂੰ ਬੈਸਟ ਵਿਸ਼ਸ ਦਿੰਦੀ ਹਾਂ ਕਿ ਜਿੰਨੇ ਵੀ ਬੰਦੇ ਅਸੀਂ ਲਾਈਏ ਸਾਰੇ ਕਾਮਯਾਬ ਹੋਣ ਜਿੰਨੇ ਵੈਕਸੀਨੇਸ਼ਨ ਲੱਗਣ। ਅਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੈਮ? ਮੈਂ ਲੋਕਾਂ ਨੂੰ ਤੁਹਾਡੇ ਜ਼ਰੀਏ, ਹਾਂ ਇਹ ਇੰਪੋਰਟੈਂਟ ਚੀਜ਼ ਤੁਸੀਂ ਪੁੱਛੀ ਹੈ, ਮੈਂ ਇਹ ਅਪੀਲ ਪਹਿਲਾਂ ਵੀ ਕੀਤੀ ਹੈ, ਮੈਂ ਹੁਣ ਵੀ ਕਰਨੀ ਚਾਹੂੰਗੀ ਕਿ ਜਿਹੜੀਆਂ ਅਫਵਾਹਾਂ ਨਾ ਤਾਂ ਫੈਲਾਉਣ ਅਤੇ ਨਾ ਸੁਣਨ 'ਤੇ ਧਿਆਨ ਦੇਣ। ਜਿਹੜੀ ਚੀਜ਼ ਜੇ ਕਿਸੇ ਨੂੰ ਕੋਈ ਐਪਰੀਹੈਂਸ਼ਨ ਹੈ ਉਹ ਹੈਲਥ ਅਥੋਰਿਟੀਜ਼ ਨੂੰ ਪੁੱਛਿਆ ਜਾ ਸਕਦਾ। ਆਪਣੇ ਆਪ ਇੱਕ ਦੂਸਰੇ ਨਾਲ ਅਫਵਾਹਾਂ ਫੈਲਾ ਕੇ ਇਸ ਚੀਜ਼ ਦਾ ਜਿਹੜਾ ਨੈਗੇਟਿਵ ਅਸਰ ਨਾ ਹੋਵੇ। ਇਹ ਵੈਕਸੀਨ ਜਿਹੜਾ ਹੈਗਾ ਇਹ ਸਾਰਿਆਂ ਦੇ ਭਲੇ ਵਾਸਤੇ ਹੀ ਹੈ ਅਤੇ ਆਪਣਾ ਜਿਸ ਤਰ੍ਹਾਂ ਪ੍ਰੋਟੋਕੋਲ ਗਵਰਨਮੈਂਟ ਆਫ ਇੰਡੀਆ ਇਸ਼ੂ ਕਰੀ ਜਾਊਗੀ ਉਸ ਤਰ੍ਹਾਂ ਸਾਰਿਆਂ ਨੂੰ ਲੱਗਣਾ ਸ਼ੁਰੂ ਹੋ ਜਾਊਗਾ। ਫਤਿਹਗੜ੍ਹ ਸਾਹਿਬ 3 ਸੈਂਟਰਸ ਤੋਂ ਵੈਕਸੀਨੇਸ਼ਨ ਸਟਾਰਟ ਹੋ ਗਈ, ਇੱਕ ਡਿਸਟ੍ਰਿਕਟ ਹਸਪਤਾਲ ਵਿੱਚ, ਇੱਕ ਸਾਡੀ ਖਮਾਣੋ 'ਚ, ਇੱਕ ਮੰਡੀ ਗੋਬਿੰਦਗੜ੍ਹ ਵਿੱਚ ਸਟਾਰਟ ਹੋ ਗਈ ਹੈ। ਵੈਸੇ ਸਾਡੇ 9 ਵੈਕਸੀਨੇਸ਼ਨ ਸੈਂਟਰਸ ਬਣੇ ਹੋਏ ਹੈ। ਕਿੰਨੇ ਕੁ ਬੈਨੀਫਿਸ਼ੀਅਰ ਅੱਜ? ਬੈਨੀਫਿਸ਼ਰੀਜ਼ ਇੱਕ ਸੈਂਟਰ ਵਿੱਚ 300 ਬੈਨੀਫਿਸ਼ਰੀਜ਼ ਹੈ। ਹਾਂਜੀ, ਅਤੇ ਜ਼ਿਲ੍ਹੇ ਦੇ ਵਿੱਚ ਕਿੰਨੇ ਲੱਗਣੇ ਹੈ? ਜ਼ਿਲ੍ਹੇ ਵਿੱਚ 3638। ਹਾਂਜੀ, ਟੋਟਲ ਬੈਨੀਫਿਸ਼ਰੀਜ਼ ਇੰਨੇ ਹੈ ਸਾਡੇ। ਅੱਜ ਸਾਡੇ ਹੈਲਥ ਬੈਨੀਫਿਸ਼ਰੀਜ਼ ਹੈ ਜਿਹੜੇ ਕਰੋਨਾ ਹੈਲਥ ਵਰਕਰਸ ਜਿਹੜੇ ਸਾਡੇ 28 ਡੇਜ਼ ਬਾਅਦ। ਅਤੇ ਕਿੰਨੇ ਪੜਾਅ 'ਚ ਟੀਕੇ ਲੱਗਣੇ ਮੈਮ? ਇੱਕ ਟੀਕਾ ਲੱਗੇਗਾ, ਦੋ ਲੱਗਣ ਕੇ ਤਰੇ? ਦੋ। ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ? ਲੋਕਾਂ ਨੂੰ ਇਹ ਕਹਿੰਦੇ ਹਾਂ ਕਿ ਇਹਦੇ ਵਿੱਚ ਡਰਨ ਦੀ ਕੋਈ ਉਹ ਨਹੀਂ ਹੈ। ਇਹ ਵੈਕਸੀਨੇਸ਼ਨ ਦੇ ਦੌਰਾਨ ਵੀ ਮਤਲਬ ਕਿ ਤੁਸੀਂ ਆਪਣੀਆਂ ਜਿਹੜੀਆਂ ਕਰੋਨਾ ਦੀਆਂ ਪ੍ਰੀਕੋਸ਼ਨਸ ਲੈਂਦੇ ਆ ਉਹ ਮੇਨਟੇਨ ਰੱਖਣੀਆਂ ਅਤੇ ਬਾਕੀ ਕੋਈ ਘਬਰਾਉਣ ਦੀ ਗੱਲ ਨਹੀਂ ਹੈ। ਬਾਕੀ ਜਿਵੇਂ ਤੁਹਾਨੂੰ ਵੈਸੇ ਰੂਟੀਨ ਦੀਆਂ ਮੈਡੀਸਨਸ ਨਾਲ ਵੀ ਤੁਹਾਨੂੰ ਜਿਵੇਂ ਆਪਾਂ ਪ੍ਰੀਕੋਸ਼ਨਸ ਲੈਂਦੇ ਹਾਂ ਅਤੇ ਉਵੇਂ ਹੀ ਆਪਾਂ ਸੇਫਟੀ ਵਰਤਣੀ ਹੈ, ਉਦਾਂ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਹਾਂਜੀ, ਪਹਿਲੀ ਡੋਜ਼ ਅੱਜ ਮਿਲੀ ਹੈਗੀ ਆ ਅਤੇ ਮੈਨੂੰ ਹੁਣ ਦੁਬਾਰਾ ਹੁਕਮ ਹੋਇਆ ਵੀ 28 ਦਿਨ ਬਾਅਦ ਦੂਜੀ ਡੋਜ਼ ਲੱਗੂਗੀ ਅਤੇ ਨਾਲ ਇਹਨਾਂ ਨੇ ਕਿਹਾ ਵੀ ਤੁਸੀਂ ਅੱਧਾ ਘੰਟਾ ਇੱਥੇ ਬਹਿਣਾ ਹੈਗਾ, ਕੋਈ ਤੁਹਾਨੂੰ ਕੋਈ ਵੀ ਪ੍ਰੋਬਲਮ ਹੁੰਦੀ ਆ, ਕੋਈ ਦਰਦ ਹੋ ਰਿਹਾ ਜਾਂ ਕੋਈ ਇਚਿੰਗ ਹੋ ਰਹੀ ਆ ਜਾਂ ਕੋਈ ਹੋਰ ਵੀ ਘਬਰਾਹਟ ਹੋ ਰਹੀ ਤਾਂ ਦੱਸਣਾ। ਹਾਂਜੀ, ਸਭ ਤੋਂ ਪਹਿਲੇ ਮੈਂ ਚਾਹੁੰਦਾ ਸੀਗਾ ਵੀ ਮਤਲਬ ਕਿ ਭਾਵੇਂ ਹੋਰ ਕੋਈ ਵੀ ਤਾਂ ਮੈਂ ਲਗਵਾ ਰਿਹਾ ਆਪ ਵੀ ਤਾਂ ਜੋ ਕਿ ਬਾਕੀ ਦੇ ਵੀ ਹੋਰ ਮੋਟੀਵੇਟ ਹੋਣ ਦੇਖ ਕੇ, ਕਿਉਂਕਿ ਜਿਹੜੀ ਇਹ ਵੈਕਸੀਨ ਹੈ ਇਹ ਇਹਦਾ ਕੋਈ ਉਹ ਸਾਈਡ ਇਫੈਕਟ ਇਹੋ ਜਿਹੇ ਨਹੀਂ ਹੈ ਵੀ ਜਿਹੜੇ ਕੋਈ ਖਤਰਨਾਕ ਨੇ। ਇਹਦਾ ਕੋਈ ਮਾੜਾ ਮੋਟਾ ਹੀ ਹੁੰਦਾ ਵੀ ਜਿਵੇਂ ਦਰਦ ਹੋ ਗਿਆ ਜਾਂ ਮਾੜੀ ਮੋਟੀ ਇਚਿੰਗ ਹੋ ਗਈ, ਕੋਈ ਜ਼ਿਆਦਾ ਨਹੀਂ ਕਦੇ ਇਹਦਾ ਹੈਗਾ ਸਾਈਡ ਇਫੈਕਟ। ਮੈਂ ਤਾਂ ਲਵਾਈਏ ਵੀ ਤਾਂ ਜੋ ਕਿ ਜਿਹੜਾ ਬਾਕੀ ਸਾਡਾ ਸਟਾਫ ਹੈ, ਸਾਡੀ ਬਾਕੀ ਪਬਲਿਕ ਹੈ ਉਹ ਵੀ ਲਗਵਾਵੇ। ਸਰ ਕੀ ਨਾਮ ਹੈ ਜੀ, ਕੀ ਆਉਂਦਾ ਜੀ ਤੁਹਾਨੂੰ? ਡੈਜੀਗਨੇਸ਼ਨ ਦਾ ਨਾਮ ਕੀ ਹੈ? ਮੈਂ ਡਾਕਟਰ ਕੁਲਦੀਪ ਸਿੰਘ, ਸੀਨੀਅਰ ਮੈਡੀਕਲ ਅਫਸਰ, ਜ਼ਿਲ੍ਹਾ ਹਸਪਤਾਲ ਫਤਿਹਗੜ੍ਹ ਸਾਹਿਬ। ਲੋਕਾਂ ਨੂੰ ਵੀ ਅਪੀਲ ਕੀ ਕਰਨਾ ਚਾਹੁੰਦੇ ਤੁਸੀਂ? ਲੋਕਾਂ ਨੂੰ ਇਹੀ ਅਪੀਲ ਹੈਗੀ ਹੈ ਮੇਰੀ ਵੀ ਅੱਗੇ ਆਓ, ਵੈਕਸੀਨੇਟ ਕਰਾਓ, ਵੱਧ ਤੋਂ ਵੱਧ ਸੈਂਪਲਿੰਗ ਕਰਾਓ। ਵੈਕਸੀਨੇਸ਼ਨ ਜਿਹੜੀ ਹੈਗੀ ਆ ਇਹ ਗੁੱਡ ਹੈ ਅਤੇ 2 ਡੋਜ਼ਾਂ ਲੱਗਣੀਆਂ ਹੈਗੀਆਂ, ਫ੍ਰੀ ਲੱਗ ਰਹੀਆਂ ਅਜੇ ਇਸ ਵੇਲੇ।